ਤੇਰੇ ਸੰਗਤਾਂ ਦੇ ਵਿੱਚੋਂ ਜਦੋਂ ਕਿਸੇ ਬੁਲਾਰੇ ਦੀ ਮੰਗ ਆਉਂਦੀ ਹੈ ਤਾਂ ਮੈਂ ਸਮਝਦਾ ਕਿ ਇਸ ਤਰ੍ਹਾਂ ਕੰਮ ਹੋਵੇ ਫਿਰ ਹੀ ਬੁਲਾਰਾ ਕੋਈ ਆਣ ਕੇ ਸਟੇਜ 'ਤੇ ਬੋਲੇ ਤਾਂ ਉਹ ਜ਼ਿਆਦਾ ਵਧੀਆ ਰਹਿੰਦਾ। ਸੋ ਬਹੁਤ ਧੰਨਵਾਦ ਹੈ ਨੌਜਵਾਨ ਵੀਰਾਂ ਦਾ। ਸੋ ਸੰਗਤਾਂ ਦੇ ਵੱਲੋਂ ਵੀ ਕੁਛ ਸੁਝਾਅ ਆਏ ਨੇ, ਉਹ ਜਿਹੜੇ ਬੋਲਣ ਤੋਂ ਉਹਨਾਂ ਉਹ ਅਸੀਂ ਦੱਸ ਦਿੰਦੇ ਹਾਂ ਕਿ ਆ ਕਿਸੇ ਭੈਣ ਜੀ ਜਾਂ ਵੀਰ ਜੀ ਨੇ ਲੈ ਕੇ ਭੇਜਿਆ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਥੋਂ ਦੀਆਂ ਸਰਕਾਰਾਂ ਆਪਣੇ ਨਾਲ ਹਨ। ਜਦੋਂ ਕਿਸਾਨ ਮੋਰਚਾ ਚੱਲਦਾ ਪਿਆ ਸੀ, ਇੰਡੀਅਨ ਕੌਂਸਲੇਟ 'ਤੇ ਪ੍ਰੋਟੈਸਟ ਸੰਗਤਾਂ ਕਰ ਰਹੀਆਂ ਸੀ ਤਾਂ ਚੋਰੀ ਚੋਰੀ BPT ਦੇ ਅਧਿਕਾਰੀ ਵੀਡੀਓ ਬਣਾ ਰਹੇ ਸਨ। ਅਸੀਂ ਆਪਣੀ ਅੱਖੀਂ ਦੇਖਿਆ ਅਤੇ ਉਸ ਸਮੇਂ ਟਰੂਡੋ TV 'ਤੇ ਕਹਿੰਦਾ ਸੀ ਕਿ ਮੈਂ ਕਿ ਕੈਨੇਡਾ ਕਿਸਾਨਾਂ ਦੇ ਨਾਲ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਖਾਲਿਸਤਾਨ ਜ਼ਿੰਦਾਬਾਦ। ਸੋ ਇਹ ਥੋੜ੍ਹੇ ਜਿਹੇ ਸ਼ਬਦਾਂ ਦੇ ਵਿੱਚ ਉਹਨਾਂ ਦੱਸਿਆ ਕਿ ਪ੍ਰੋਟੈਸਟ ਕਰਨ ਦੇ ਫਾਇਦੇ ਕੀ ਹੁੰਦੇ ਨੇ। ਜਦੋਂ ਆਪਣਾ ਪ੍ਰੋਟੈਸਟ ਹੋਇਆ 132 'ਤੇ ਤਾਂ 85 'ਤੇ ਉਸ ਦੀਆਂ ਧੁੰਮਾਂ ਕਿਸ ਤਰ੍ਹਾਂ ਪੂਰੀ ਦੁਨੀਆ ਦੇ ਵਿੱਚ ਪਈਆਂ ਜਾਂ ਕਿਸ ਤਰੀਕੇ ਦੇ ਨਾਲ ਇੱਥੋਂ ਦੇ ਮੀਡੀਆ ਨੂੰ ਅਤੇ ਇੰਡੀਆ ਦੇ ਮੀਡੀਆ ਨੂੰ ਤੇੜੀਆਂ ਆਈਆਂ ਜਾਂ ਏਜੰਸੀਆਂ ਨੇ ਕਿਸ ਤਰੀਕੇ ਨਾਲ ਉਹ ਤੋਂ ਬਾਅਦ ਐਕਟ ਕੀਤਾ। ਸਾਡੇ ਸਿੰਘਾਂ ਦੀ 5-5 ਘੰਟੇ ਪੁੱਛਗਿੱਛ ਕੀਤੀ ਉਹਨਾਂ ਨੇ, ਪਰ ਉਹਦੇ ਨਾਲ ਉਤਸ਼ਾਹ ਨਹੀਂ ਮੱਠਾ ਪਿਆ। ਅੱਜ ਹੋਰ ਸਿੰਘ ਆਏ, ਉਹਨਾਂ ਨੇ ਹੋਰ ਕੰਮ ਕਰਨਾ ਸ਼ੁਰੂ ਕਰ ਦਿੱਤਾ, ਕਿਉਂਕਿ ਸਾਡਾ ਸਿਧਾਂਤ ਹੈ ਜਾਂ ਰਾਜ ਕਰੇਂਗੇ ਜਾਂ ਲੜ ਮਰੇਂਗੇ। ਭਾਈ ਅੰਮ੍ਰਿਤਪਾਲ ਨੇ ਵੀ ਇਹੋ ਹੀ ਵਚਨ ਕੀਤਾ ਸੀ, ਪਰਚੇ ਪਾ ਲਓ, ਜੇਲ੍ਹਾਂ 'ਚ ਦੇ ਲਓ, ਗੋਲੀ ਮਾਰ ਦਿਓ, ਖਾਲਿਸਤਾਨ ਬਣ ਕੇ ਰਹੇਗਾ। ਅਤੇ ਅੱਜ ਕਰਦਾ ਕਰਦਾਰ ਖੁਸ਼ੀ ਕਰਨ ਦੇ ਵਾਸਤੇ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਉੱਥੋਂ ਦਾ ਮੀਡੀਆ ਜੋ ਪੱਬਾਂ ਭਾਰ ਹੋਇਆ ਬੈਠਾ ਹੈ। ਸੋ ਆਪ ਸਾਰੀਆਂ ਸੰਗਤਾਂ ਜਾਣਦੇ ਹੋ। ਸੋ ਇੱਥੇ ਵੀ ਕੁਛ ਵਿਚਾਰ ਆਏ ਸਨ ਪਿਛਲੇ ਸਮੇਂ ਦੇ ਵਿੱਚ ਕਿ ਪ੍ਰੋਟੈਸਟ ਨਹੀਂ ਕਰਨਾ ਚਾਹੀਦਾ, ਇਹਦਾ ਕੋਈ ਫਾਇਦਾ ਨਹੀਂ ਹੈ। ਜੇ ਫਾਇਦਾ ਨਹੀਂ ਹੈ ਭਾਈ ਫਿਰ ਇੰਨਾ ਚੀਕ ਝਿਹਾੜਾ ਕਿਉਂ ਪਿਆ? ਲਗਭਗ 3000 ਦੇ ਇਕੱਠ ਨੂੰ 150 ਬੰਦੇ ਦੱਸ ਰਹੇ ਨੇ ਉਹ, ਅਤੇ ਇੱਕ ਮਾਮੂਲੀ ਬੰਦੇ ਦੀ ਪੁਸ਼ਤ ਬਣਾਈ ਕਰਨ 'ਤੇ ਉਹਨੂੰ ਇੱਦਾਂ ਦੱਸਿਆ ਜਾ ਰਿਹਾ ਕਿ ਜਿਸ ਤਰੀਕੇ ਦੇ ਨਾਲ ਮੋਦੀ ਨੂੰ ਇੱਥੇ ਢਾ ਲਿਆ ਹੋਵੇ ਕਿਸੇ ਨੇ। ਸੋ ਫਰਕ ਤਾਂ ਪੈਂਦਾ ਹੈ। ਆ ਹੋਰ ਇੱਕ ਵੀਰ ਜਾਂ ਭੈਣ ਨੇ ਵਿਚਾਰ ਭੇਜੇ ਨੇ ਕਿ ਜਿੱਦਾਂ ਨੋ ਫਾਰਮਰ ਨੋ ਫੂਡ ਦੇ ਸਟਿੱਕਰ ਬਣਾਏ ਸੀ, ਇਸ ਤਰ੍ਹਾਂ ਭਾਈ ਅੰਮ੍ਰਿਤਪਾਲ ਵੀ ਸਟੈਂਡ ਵਿਦ ਭਾਈ ਅੰਮ੍ਰਿਤਪਾਲ ਸਿੰਘ ਜਾਂ ਕੋਈ ਵੀਰ ਜਾਂ ਭੈਣ ਜੋ ਇਸ ਤਰ੍ਹਾਂ ਦੇ ਕੋਈ ਸਟਿੱਕਰ ਬਣਾ ਸਕਦਾ ਜਾਂ 1000 ਦੀ ਸਟਿੱਕਰ ਦੀ ਸੇਵਾ ਲੈ ਸਕਦਾ ਹੈ ਜਾਂ ਹੋਰ ਜੋ ਕੋਈ ਲਗਾਉਣ ਦਾ ਯਤਨ ਕਰ ਸਕਦਾ, ਕਿਉਂ ਗੁਰੂ ਘਰ ਨੇ ਪਿਛਲੇ ਦਿਨਾਂ ਦੇ ਵਿੱਚ ਜੋ ਸਟਿੱਕਰ ਬਣਾਏ ਸਨ ਜੋ ਕੌਮੀ ਇਨਸਾਫ ਮੋਰਚੇ ਦੀ ਚੜ੍ਹਦੀ ਕਲਾ ਅਤੇ ਸਪੋਰਟ ਦੇ ਵਾਸਤੇ, ਉਹ ਬਹੁਤ ਸਾਰੇ ਪਰਿਵਾਰਾਂ ਨੇ ਆਪਣੀਆਂ ਗੱਡੀਆਂ 'ਤੇ ਲਗਾਏ ਸਨ। ਸੋ ਫਰਕ ਪੈਂਦਾ ਇਹੋ ਜਿਹੀਆਂ ਮੁਹਿੰਮਾਂ ਨੂੰ ਨੈਰੇਟਿਵ ਸਿਰਜਣ ਦੇ ਵਾਸਤੇ ਆਪਾਂ ਨੂੰ ਇਹ ਸਾਰੇ ਪੱਖੋਂ ਵੱਖਰੇ ਯਤਨ ਕਰਨੇ ਪੈਣੇ ਆ। ਜਿੱਦਾਂ ਵੀਰ ਬੋਲਦੇ ਨੇ ਲਿਖਦੇ ਨੇ, ਹਰ ਬੰਦਾ ਆਪੋ ਆਪਣਾ ਕੰਮ, ਜਿਹੜਾ ਮੇਰੇ ਵਰਗਾ ਨਹੀਂ ਵਧੀਆ ਬੋਲ ਸਕਦਾ ਉਹ ਅਸੀਂ ਇਸ ਤਰ੍ਹਾਂ ਦੀਆਂ ਕੋਈ ਸੇਵਾ ਲੈ ਸਕਦੇ ਹਾਂ। ਸੋ ਆਓ ਜੀ ਹੁਣ ਭੈਣ ਰਵੀਨ ਕੌਰ ਜੀ ਉਹ ਆ ਜਾਣ, ਕਿਰਪਾ ਕਰਕੇ ਫੋਕਸ ਇਹ ਆਪਾਂ ਰੱਖੀਏ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਕੋਈ ਪ੍ਰੋਗਰਾਮ ਰੱਖਾਂਗੇ। ਵਿਸ਼ੇਸ਼ ਤੌਰ 'ਤੇ ਵੈਸੇ ਤਾਂ ਹਰੇਕ ਐਤਵਾਰ ਨੂੰ ਇਸ ਗੁਰੂ ਘਰ ਦੇ ਵਿੱਚ ਕਿਸੇ ਨਾ ਕਿਸੇ ਸਿੰਘ ਦੀ ਜਦੋਂ ਵਰਸੀ ਮਨਾਈ ਜਾਂਦੀ ਹੈ ਤਾਂ ਉਸ ਜਿਹੜੀਆਂ ਸੰਗਤਾਂ ਇੱਥੇ ਰੋਜ਼ਾਨਾ ਆਉਂਦੀਆਂ ਨੇ ਉਹ ਵਾਵਸਥਾ ਨੇ ਜਾਣੂ ਨੇ ਕਿ ਹਰੇਕ ਐਤਵਾਰ ਦੇ ਦੀਵਾਨਾਂ ਦੇ ਵਿੱਚ ਇੱਥੇ ਜੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਨੇ। ਸੋ ਜਿਹੜੇ ਵੀਰ ਵਧੀਆ ਬੋਲ ਸਕਦੇ ਨੇ ਲਿਖ ਸਕਦੇ ਨੇ ਉਹ ਆਪਣੇ ਯਤਨ ਜਾਰੀ ਰੱਖੋ। ਹਮੇਸ਼ਾ ਇਸ ਗੁਰੂ ਘਰ ਦੀ ਸਟੇਜ ਉਹਨਾਂ ਸਿੰਘਾਂ ਦੇ ਵਾਸਤੇ ਖੁੱਲ੍ਹੀ ਹੈ ਜੋ ਕੌਮ ਦਾ ਦਰਦ ਸ਼ਬਦਾਂ ਦੀ ਮਾਲਾ ਦੇ ਵਿੱਚ ਪਰੋ ਕੇ ਸੰਗਤਾਂ ਦੇ ਸਾਹਮਣੇ ਪੇਸ਼ ਕਰ ਸਕਦੇ ਨੇ। ਆਓ ਜੀ ਹੁਣ ਭੈਣ ਰਵੀਨ ਕੌਰ ਜੀ, ਪਵਨਜੀਤ ਕੌਰ ਜੀ ਆ ਜਾਓ। ਸੋ ਉਹਨਾਂ ਤੋਂ ਬਾਅਦ ਦੇ ਵਿੱਚ ਭਾਈ ਸਰੂਪ ਸਿੰਘ ਜੀ ਉਹ ਵੀ ਨਜ਼ਦੀਕ ਆ ਜਾਣ ਅਤੇ 2-3 ਮਿੰਟ ਹੀ ਰੱਖੋ ਕਿਉਂਕਿ ਬੇਸ਼ੱਕ ਸੰਗਤ ਆਪ ਨੂੰ ਸੁਣਨਾ ਚਾਹੁੰਦੀ, ਆਪ ਦੇ ਵਿੱਚ ਵੀ ਬਹੁਤ ਜਜ਼ਬਾਤ ਨੇ, ਪਰ ਸਮੇਂ ਦੀ ਜੋ ਨਜ਼ਾਕਤ ਨੂੰ ਸਮਝਦੇ ਹੋਏ ਆਪਾਂ ਜੋ ਸਮੇਂ ਸਿਰ, ਕਿਉਂਕਿ ਕੱਲ੍ਹ ਇਹ ਆਪਾਂ ਲਗਾਤਾਰ ਰੱਖਣਾ ਹੈ, ਇਸ ਨੂੰ ਇੱਕ ਦਿਨ ਦਾ ਇਹ ਕੰਮ ਨਹੀਂ ਹੈਗਾ, ਇਹ ਲਗਾਤਾਰ ਆਪਣੀ ਕੌਮ ਦੇ ਵਿੱਚ ਆਪਾਂ ਨੂੰ ਜਿੱਥੇ ਕੰਮ ਕਾਰ ਕਰਦੇ ਹਰ ਜਗ੍ਹਾ ਦੇ ਉੱਤੇ ਜਿੱਥੇ ਵੀ ਅਸੀਂ ਕੰਮ ਕਰਦੇ ਜਿੱਥੇ ਖੜ੍ਹਦੇ ਹਰ ਜਗ੍ਹਾ ਸਾਡਾ ਇਹੋ ਕੰਮ ਹੋਣਾ ਚਾਹੀਦਾ, ਫਿਰ ਅਸੀਂ ਅੱਗੇ ਮੈਂ ਸਮਝਦਾ ਕਿ ਬਹੁਤ ਅੱਗੇ ਲੈ ਕੇ ਜਾਵਾਂਗੇ ਇਸ ਆਪਣੀ ਮੁਹਿੰਮ ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਬੈਠੀ ਸਾਧ ਸੰਗਤ ਜੀ ਉਹ ਸਾਰੇ